ਇੱਥੇ ਇੱਕ ਨੁਕਤਾ ਬਿਆਨ ਕਰਾਂ, ਔਲਾਦ ਜਵਾਨ ਹੋਵੇ ਨਾ ਤੇ ਰਿਸ਼ਤਾ ਕਰਨ ਲੱਗਿਆ ਬੇਟੀ ਬੇਟੇ ਨੂੰ ਵੀ ਪੁੱਛ ਲੈਣਾ ਚਾਹੀਦਾ, ਮੁੜ ਕੇ ਉਹ ਨਾ ਹੋਵੇ ਮੁੰਡਾ ਚੂਹੇ ਮਾਰ ਗੋਲੀਆਂ ਖਾ ਲੈ। ਨਹੀਂ ਸਹੀ ਗੱਲ, ਸ਼ਰੀਅਤ ਨੇ ਕਿਹਾ ਇੱਕ ਔਲਾਦ ਨੂੰ ਪੁੱਛ ਲਓ। ਹੁਣ ਬੜੇ ਬਿਲਕੁਲ ਬੋਲੇ ਨੇ, ਵੇਖੋ ਨਾ ਮੁੰਡੇ ਕਿਵੇਂ ਬਿਲਕੁਲ ਬਿਲਕੁਲ ਹੈ, ਆਪਣੀ ਆ ਗਈ ਨਾ ਗੱਲ ਵਿੱਚ। ਇਹ ਮੋਬਾਈਲ ਨੇ ਬੇੜੇ ਗਰਕ ਕੀਤੇ ਨੇ ਸਾਰੇ, ਨਹੀਂ ਤੇ ਪਹਿਲੇ ਸੁਣਿਆ ਸੀ ਇਹ ਤਾਏ ਅਬਦੁਰਮਾਨ ਦੀ, ਅਬਦੁਰਮਾਨ ਇਹਨਾਂ ਦੀ ਉਮਰ ਦੇ ਬੰਦੇ ਦੱਸਦੇ ਨੇ, ਮੀਰ ਆਲਮ ਮਰਾਸੀ ਹੁੰਦਾ ਸੀ ਦਾਦਾ, ਉਹਨੇ ਹੀ ਪੱਗ ਦੇਣ ਜਾਣੀ ਨਾ ਹੀ ਪੱਗ ਲੈਣ ਜਾਣੀ, ਉਹਨੇ ਪੱਗ ਲੈਣੀ ਉਹਨੇ ਪੱਗ ਦੇ ਆਉਣੀ, ਨਾ ਕੁੜੀ ਵੇਖਣੀ ਨਾ ਮੁੰਡਾ ਵੇਖਣਾ, ਨਾ ਕੁੜੀ ਵਾਲਿਆਂ ਮੁੰਡਾ ਵੇਖਣਾ ਨਾ ਮੁੰਡੇ ਵਾਲਿਆਂ ਕੁੜੀ ਵੇਖਣੀ। ਹੁਣ ਤੇ ਰਕਸ਼ੇ ਭਰ ਭਰ ਜਾਂਦੀਆਂ ਨੇ ਨਾ, 6 ਵਾਰਾਂ ਜਾੜਾ ਕਰਨ 7ਵੀਂ ਵਾਰ ਹਾਂ ਕਰਦੀਆਂ, ਉਹ ਬੋਲੋ ਤੇ ਸਹੀ ਗੱਲ ਅੱਲਾ। ਤੇ ਜੇ ਕਸਮੇ ਤੁਸੀਂ, ਤੂੰ ਹੁਣ ਫਿਰ ਮਤਲਬ ਦੀ ਗੱਲ ਵਿੱਚ ਪਾਤੀ ਗੁਫ਼ਤਗੂ, ਹੁਣ ਸੁਣ ਚੁੱਪ ਕਰ। ਅੱਲਾ ਜਾਣਦਾ ਜਿੰਨੇ ਬੈਠੇ ਨਾ, ਸ਼ਰੀਅਤ ਨੂੰ ਅਸੀਂ ਮੰਨੀਏ ਤੇ ਕਦੀ ਘਾਟਾ ਨਾ ਪਾ। ਨਬੀ ਪਾਕ ਨੇ ਆਪਣੀ ਬੇਟੀ ਫਾਤਮਾ ਨੂੰ ਪੁੱਛਿਆ ਕਿ ਮੈਂ ਅਲੀ ਨੇ ਤੇਰੀ ਮੰਗਣੀ ਕਰ ਦਿੱਤੀ ਹੈ, ਤੇ ਬੇਟੀ ਸਕੂਤ 'ਚ ਰਹੀ, ਖਮੋਸ਼ ਰਹੀ, ਤੇ ਖਮੋਸ਼ੀ ਰਜ਼ਾਮੰਦੀ ਦੀ ਲਾਮਤ। ਤੇ ਅੱਜ ਕੱਲ੍ਹ ਦੀ ਨਹੀਂ ਸੀ ਨਾ, ਇਫ ਯੂ ਡੋਂਟ ਮਾਇੰਡ, ਪਾਪਾ ਗੁੱਸਾ ਮਤ ਕਰਨਾ, ਆਪਕੋ ਨਹੀਂ ਪਤਾ ਮੈਨੇ ਆਪਣਾ ਜੀਵਨ ਸਾਥੀ ਤਲਾਸ਼ ਕਰ ਲਈ ਹੈ ਫੇਸਬੁੱਕ ਤੇ, ਮੈਂ ਈਮੋ ਤੇ, ਵਟਸਐਪ ਤੇ। ਤੇ ਪਿਓ ਵੀ ਆਉਂਦਾ ਚੰਗਾ, ਹੁਣ ਮੈਂ ਫਿਰ ਜੀਣ ਜੋਗਾ ਤਾਂ ਨਹੀਂ ਰਿਹਾ। ਅੱਜ ਤੁਹਾਡੇ 'ਚ ਵੀ ਕਮੀ ਹੈ, ਔਲਾਦ ਨਾਲ ਮਸ਼ਵਰਾ ਕਰਿਆ ਕਰੋ, ਜ਼ਿੰਦਗੀ ਤੁਸਾਂ ਗੁਜ਼ਾਰਨੀ ਹੈ। ਦੱਸੋ ਜਿੱਥੇ ਅਸੀਂ ਰਿਸ਼ਤਾ ਮੰਗਣ ਚਲੇ ਜਾਂਦੇ, ਨਵੀਂ ਪਾ ਨੇ ਵੀ ਇਹ ਤਰੀਕਾ ਦੱਸਿਆ ਜਿਹਦੇ ਨਾਲ ਤੁਹਾਨੂੰ ਜਨਾਬ ਜੀ ਦਿਲ ਕਰਦਾ ਹੋਵੇ ਸ਼ਾਦੀ ਦਾ ਡਾਇਰੈਕਟ ਪੈਗਾਮ ਭੇਜ ਦਿਓ। ਨਵੀਂ ਪਾਕ ਯਾਰਾਂ 'ਚ ਬੈਠੇ ਇੱਕ ਬੀਬੀ ਡਾਇਰੈਕਟ ਆਣ ਕੇ ਕਿਹਾ, ਸੋਹਣਿਆ ਮੈਂ ਤੁਹਾਡੇ ਨਾਲ ਸ਼ਾਦੀ ਕਰਨਾ ਚਾਹੁੰਦਾ, ਡਾਇਰੈਕਟ ਆਣ ਕੇ ਕਿਹਾ। ਤੇ ਨਵੀਂ ਪਾ ਨੇ, ਮੈਂ ਬੀਬੀ ਮੈਨੂੰ ਤੇ ਕੋਈ ਹਾਜ਼ਤ ਨਹੀਂ, ਤੇ ਇੱਕ ਮਾੜਾ ਜਿਹਾ ਸਿਹਾਬੀ ਲਾ ਕੇ ਬੈਠਾ, ਕਹਿੰਦਾ ਸੋਹਣਿਆ ਮੇਰੇ ਨਾਲ ਕਰ ਦਿਓ। ਅੱਲਾ ਜਾਣਦਾ ਸ਼ਰੀਅਤ ਦੇ ਵਿੱਚ ਸ਼ਰ੍ਹਾਂ ਅੱਗੇ ਕੋਈ ਸ਼ਰਮ ਨਹੀਂ। ਅਸੀਂ ਤੇ ਅੱਲਾ ਜਾਂਦਾ, ਹੁਣ ਤੇ ਅੱਲਾ ਜਾਂਦਾ, ਹਕੂਮਤ ਨੇ ਟੈਕਸ ਇੱਕ ਲਾ ਦਿੱਤਾ ਹੈ ਕਿ ਵਹੁਟੀ ਵਾਲਾ ਵੀ 20,000 ਦੇਵੇਗਾ ਤੇ ਮੁੰਡੇ ਵਾਲਾ ਵੀ 20,000 ਦੇਵੇਗਾ, ਤੇ ਮੈਂ ਮੌਲਵੀ 50,000 ਲਵੇਗਾ। ਜੇ ਹਕੂਮਤ 40,000 ਲੈ ਸਕਦੀ ਤੇ ਸਾਨੂੰ ਕੀ, ਵੀ ਜਿਹਨੇ ਨਿਕਾਹ ਪੜਾਉਣਾ ਉਹਦਾ ਤਾਂ ਪੰਜਾਬ ਬਣ ਗਿਆ ਨਾ, ਉਹਦੇ ਵਾਰੀ ਧਿਆ ਵੀ ਆਈ ਆ ਨਿਕਾਹ ਪੜਾਉਣ ਜਾਏ ਤੇ ਸਾਰਿਆਂ ਨੇ ਦੱਸ ਦੇ, ਸਾਰਿਆਂ ਨੇ ਦੱਸ ਦੇ, ਸਹੀ ਗਾ ਉੱਥੇ 1,500 ਤੇ ਹਕੂਮਤ ਨੇ ਹੁਣ ਧੜ ਤੇ ਲਾ ਦਿੱਤਾ ਟੈਕਸ ਲੱਗੇਗਾ, ਤੁਹਾਨੂੰ ਪਤਾ ਫਿਰ ਤਬਦੀਲੀ ਦਾ ਪਤਾ ਲੱਗੇਗਾ। ਹਾਂ 40,000 ਟੈਕਸ ਹੈ, 20,000 ਕੁੜੀ ਵਾਲਿਆਂ ਤੇ 20,000 ਮੁੰਡੇ ਵਾਲਿਆਂ ਤੇ, ਤੁਸੀਂ ਮੁੰਡੇ ਹੋ ਕਮਾ ਲਓ। ਹਾਂ ਤੇ 50,000 ਸਾਡਾ ਵੀ ਕਮਾ ਲਓ। ਹਾਂ 90,000 ਤੇ ਪਹਿਲਾਂ ਇਹ ਇਕੱਠਾ ਕਰੋ ਨਾ, ਕਿਉਂ ਜੀ ਕਾਰੀ ਸਾਹਿਬ, ਤੇ ਫਿਰ ਗਾਂ ਦੀ ਸੋਚਾਂ ਗਿਆ। ਸਹੀ ਗੱਲ ਉਸ, ਜਾਂ ਕਹਿੰਦਾ ਕਿ ਹਰ ਕੰਮ ਮੈਨੂੰ ਬਣਿਆ ਬਣਾਇਆ ਮਿਲੇ। ਹੁਣ ਆਟਾ ਗੁੰਨਣ ਵਾਲੀਆਂ ਮਸ਼ੀਨਾਂ ਆ ਗਈਆਂ, ਰੋਟੀ ਪਕਾਉਣ ਵਾਲੀਆਂ ਆ ਗਈਆਂ, ਤੇ ਬੁੜੀਆਂ ਦੇ ਵਜਨ 3 ਮਨ ਨਾ ਹੋਣ ਤੇ ਹੋਰ ਕੀ ਹੋਵੇ। ਨਹੀਂ ਸੱਚੀ ਗੱਲ, ਪਹਿਲੇ ਬੀਬੀਆਂ ਕੰਮ ਕਰਦੀਆਂ ਸਨ ਤੇ ਸਾਡੀਆਂ ਬੀਬੀਆਂ ਨੇ, ਤੇ ਹੁਣ ਕੰਮ ਕਰਨਾ ਬੜੇ ਮੌਤ, ਮੇਰਾ ਇੱਕ ਯਾਰ ਡਿਫੈਂਸ ਤੇ ਉਹਦੀ ਬੇਗਮ ਆਂਦੀ ਜਾਨੂ ਮੁਝ ਕਾਮ ਨਹੀਂ ਹੋਤਾ, ਯੇ ਪੈਂਪਰ ਨਹੀਂ ਲੱਗਦਾ, ਸਮੈਲ ਆਤੀ ਮੁਝੇ, ਤੇ ਤੂੰ ਜੰਮਿਆ ਕਾਹਦੇ ਲਈ ਸੀ, ਜੇ ਤੂੰ ਇਹਦੇ ਜਨਾਬ ਪੈਂਪਰ ਨਹੀਂ ਲਾਉਣੇ। ਗੱਲਾਂ ਸਿੱਧੀਆਂ, ਨਬੀਆਂ ਦਾ ਸਰਦਾਰ ਇਮਾਮੁਲ ਅੰਬੀਆ ਹੈ, ਤੇ ਅੱਲਾ ਨੇ ਧੀ ਦਿੱਤੀ ਤੇ ਨਬੀ ਨੇ ਜਿਗਰ ਦਾ ਟੁਕੜਾ ਕਹਿ ਦਿੱਤਾ ਹੈ, ਤੇ ਕੰਮ ਆਪਣੇ ਹੱਥ ਨਾਲ ਕਰਦੀ ਹੈ, ਚੱਕੀ ਵੀ ਪੀਂਦੀ ਹੈ ਤੇ ਮੋਢੇ ਤੇ ਮਸ਼ਕ ਪਾ ਕੇ ਪਾਣੀ ਵੀ ਲੈ ਕੇ ਆਉਂਦੀ ਹੈ। ਕਿਆ ਨੌਕਰ ਨਹੀਂ ਸੀ ਲੱਭ ਸਕਦੇ, ਕਿਆ ਆਸਾਨੀਆਂ ਨਹੀਂ ਸੀ ਮਿਲ ਸਕਦੀ। ਆਜ ਮਸਜਿਦ ਦੇ ਇਮਾਮ ਤੱਕ ਬਿਮਾਰੀ ਫੈਲ ਗਈ ਹੈ ਕਿ ਮੁਕਤਦੀ ਕਹਿ ਦੇ ਨਾ ਮੌਲਵੀ ਜੀ ਸਭਾ ਨੂੰ ਵਿਛਾਈਆਂ, ਮੈਂ ਜਮਾਦਾਰ ਲੱਗਾ, ਮੈਂ ਨਮਾਜ਼ ਪੜ੍ਹਾਉਣ ਵਾਲਾ। ਹਾਲਾਂਕਿ ਉਹਨੂੰ ਚਾਹੀਦਾ ਜੋ ਭਾਂਡੇ 'ਚ ਬਈ ਮੋਬਾਈਲ ਜੇਬ 'ਚ ਪਾਓ ਉਹਨੂੰ ਗੁਫ਼ਤਗੂ ਸੁਣੋ, ਉਹਨੂੰ ਚਾਹੀਦਾ ਜੋ ਭਾਂਡੇ 'ਚ ਹੋਵੇ ਨਾ ਤੇ ਉਹ ਹੀ ਨਿਕਲਦਾ। ਜਦੋਂ ਮੁਕਤਦੀ ਨੇ ਕਿਹਾ ਨਾ ਮੌਲਵੀ ਸਭਾ ਨਹੀਂ ਵਿਛਾਈਆਂ, ਤੇ ਮੌਲਵੀ ਨੂੰ ਚਾਹੀਦਾ ਕਹਿੰਦਾ ਜੀ ਮੈਂ ਹੁਣੇ ਵਿਛਾ ਦਿੰਦਾ ਜੀ, ਤੇ ਜੇ ਇਹ ਮੌਲਵੀ ਨੇ ਕਹਿ ਤਾ ਵੀ ਮੈਂ ਜਮਾਦਾਰ ਲੱਗਾ, ਮੈਂ ਮੁਲਾਜ਼ਮ ਹਾਂ, ਮੈਂ ਸਿਰਫ ਮਾਂ ਜੁਮਾ ਪੜਾਉਣਾ ਨਮਾਜ਼ ਪੜਾਉਣੀ, ਤੇ ਦੋਵੇਂ ਇੱਕੋ ਕੁਛ ਹੋ ਗਏ। ਮੀਆਂ ਸਾਹਿਬ ਫਰਮਾਉਂਦੇ ਨੇ ਜੋ ਦਕਾਨ ਦੇ ਅੰਦਰ ਹਾਵੇ
ਤੇ ਉਹ ਦੇਵੇ ਬੇਚਾਰਾ ਕਿੱਥੋਂ ਦੇਵੇ ਉਹ ਤੈਨੂੰ ਲਾਲ ਮੁਹੰਮਦ ਤੇ ਕੋਲੇ ਵੇਚਣ ਵਾਲਾ ਇਹ ਸੌਂਡ ਵਾਲਾ ਕਿੱਧਰ ਬੈਠਾ ਹੈ ਬਈ ਤੂੰ ਨਾਲ ਥੋੜੀ ਜਿਹੀ ਕੁਛ ਲਾ ਨਾ ਤੂੰ ਹਿਲ ਜੁਲ ਕਰ ਹਾਂ ਹਿਲ ਜੁਲ ਕਰ ਪੈਸੇ ਮਿਲਣ ਤਦ ਜਿਵੇਂ ਮੌਲਵੀ ਹਿਲ ਜੁਲ ਕਰਨ ਦਿਆ ਨਾ ਹਾਂ ਜਿਵੇਂ ਮੈਂ ਆਪਣਾ ਆਪ ਨਾਲ ਜੀ ਸਾਹ ਚੁੱਕਦਾ ਤੂੰ ਵੀ ਥੋੜਾ ਜਿਹਾ ਹੱਥ ਚੁੱਕਣਾ ਹਾਂ ਤੈਨੂੰ ਅੱਜ ਮੈਂ ਬਹਿਣ ਨਹੀਂ ਦੇਣਾ ਕਿਉਂ ਬਈ ਕਿੱਡੀ ਵੱਡੀ ਦਿਨਾਈ ਦਾ ਇੱਕ ਸ਼ੇਰ ਪੜਿਆ ਹੈ ਕਿ ਜੋ ਭਾਂਡੇ 'ਚ ਹੋਵੇ ਸੌਦਾ ਉਹ ਹੀ ਜੋ ਹਾਂਡੀ 'ਚ ਹੋਵੇ ਸਬਜ਼ੀ ਉਹ ਹੀ ਨਿਕਲਦੀ ਜੋ ਉਹਦੇ 'ਚ ਮਸਾਲਾ ਪਾਇਆ ਹੋਵੇ ਜ਼ਾਇਕਾ ਉਹ ਹੀ ਨਿਕਲਣਾ ਜੋ ਹੱਟੀ 'ਚ ਹੋਵੇ ਇੱਥੇ ਬੰਦਾ ਦੁਕਾਨ 'ਤੇ ਜਾ ਕੇ ਗੋਸ਼ਤ ਵਾਲੀ ਦੁਕਾਨ 'ਤੇ ਕਸਾਈ ਨੂੰ ਕਵੇ ਓਪੋ ਦਾ ਮੋਬਾਈਲ ਹੈਗਾ ਅਤੇ ਉਹਨੇ ਨਾ ਉੱਥੇ ਮਾਰ ਮਾਰਕੀਟ 'ਚ ਤੂੰ ਇੱਥੇ ਲਗਾ ਫਿਰਨਾ ਇੱਥੇ ਤਾਂ ਗੋਸ਼ਤ ਲੱਭਣਾ ਫੱਟੇ 'ਤੇ ਜਾ ਕੇ ਦਿੰਦੇ ਨਾ ਕੋਈ ਜੋ ਹੱਟੀ 'ਚ ਹੋਵੇ ਸੌਦਾ ਉਹ ਮਿਲਦਾ ਸਾਡੀ ਕਿਤਨੀ ਕੌਮ ਹੈ ਆਪਣੇ ਮੁੰਡਿਆਂ ਦੇ ਵਿਆਹ ਮੰਗਣੀਆਂ ਗਰਮੀ 'ਚ ਕਰ ਲੈਣਗੇ ਜੇ ਕਹੀਏ ਨਾ ਜਲਸਾ ਰੱਖੋ ਉਹ ਨਹੀਂ ਜੀ ਗਰਮੀ ਬੜੀ ਹੈ ਉਂਝ ਇਹਨਾਂ ਨੂੰ ਕੋਈ ਪੈ ਜੇ ਨਾ ਕੋਈ ਅੱਲਾ ਵੱਲੋਂ ਕੋਈ ਹੋਣੀ ਅਤੇ ਥਾਣੇ ਭਾਵੇਂ ਪਸੀਨੇ ਪੂੰਝ ਪੂੰਝ ਇੱਕ ਪੈਰ 'ਤੇ ਬਾਹਰ ਖਲੋਤੇ ਰਹੇ ਅਤੇ ਥਾਣੇਦਾਰ ਆ ਕੇ ਬਾਹਰ ਖਲੋਵੋ ਘੰਟੇ ਬਾਅਦ ਬੁਲਾਵਾਂਗੇ ਅਤੇ ਜਿੰਨੇ ਮਹਿਮਾਨ ਬੈਠੇ ਮੈਨੂੰ ਲੱਗਦਾ ਜਾਂਦੇ ਰਹਿੰਦੇ ਨੇ ਬੰਦਿਆਂ ਨਾਲ ਸਿਫਾਰਸ਼ ਪੁਰਸ਼ ਕਰਨ ਅਤੇ ਇਹਨਾਂ ਨੂੰ ਪੁੱਛ ਲਿਆ ਜੇ ਉੱਥੇ ਦੋ ਦੋ ਘੰਟੇ ਬਾਹਰ ਖਲੋਤੇ ਰਹਿੰਦੇ ਕੋਈ ਥੱਲੇ ਲਕੀਰਾਂ ਮਾਰਦਾ ਰਹਿੰਦਾ ਹੈ ਕੋਈ ਮਿੱਟੀ ਪੁੱਟਦਾ ਰਹਿੰਦਾ ਹੈ ਉਹ ਬੋਲੋ ਹੈ ਇੱਟ ਫੜ ਕੇ ਬਹਿ ਜਾਂਦੇ ਨੇ ਪੁੱਤਰ ਚਰ ਮੋਬਾਈਲ ਛੋੜ ਔਰ ਗੁਫ਼ਤਗੂ ਸੁਣ ਮੇਰੇ ਸਾਹਮਣੇ ਬਹਿ ਗਿਆ ਅਤੇ ਮੈਂ ਕਰਾਂਗਾ ਬੜੀ ਤੇਰਾ ਇਲਾਜ ਹਾਂ ਗੱਲ ਬੜੀ ਸੁਣਨ ਵਾਲੀ ਇੰਨੇ ਬੈਠੇ ਨੇ ਉੱਥੇ ਕਸਮੇ ਬੈਠੇ ਰਹਿਣਗੇ ਥਾਣੇਦਾਰ ਜਨਾਬ ਆਵਾਜ਼ ਮਾਰੂ ਅਤੇ ਅੰਦਰ ਜਾਣਗੇ ਅਤੇ ਸੋਲ ਪਾਣ ਰਹਿ ਗਿਆ ਸਿਰਫ ਮਸੀਤਾਂ ਨੂੰ ਜਿੱਥੋਂ ਜੰਨਤ ਲੱਭਣੀ ਹੈ ਜਿੱਥੋਂ ਆਖਰਤ ਲੱਭਣੀ ਹੈ ਉਹਨਾਂ ਵਾਸਤੇ ਕਹਿਣਾ ਮਰ ਕੇ ਜੀ ਮੌਲਵੀ ਤੁਸੀਂ ਗਰਮੀ ਜਲਸਾ ਰੱਖ ਲਿਆ ਅਤੇ ਜਦੋਂ ਕਿਤੇ ਮਰਗ ਹੁੰਦੀ ਉਦੋਂ ਗਰਮੀ 'ਚ ਨਾ ਜਾਇਆ ਕਰੋ ਕਹਿੰਦੇ ਜੀ ਇਹਨੂੰ ਬਰਫ਼ਖਾਨੇ ਲਾ ਦਿਉ ਅਤੇ ਠੰਡ 'ਚ ਨਾ ਪਾਵਾਂਗੇ ਨਾ ਜਾਇਆ ਕਰੋ ਉਦੋਂ ਜਾਂਦੇ ਜੇ ਕਿਤੇ ਉਹ ਬੋਲੋ ਤਾਂ ਸਹੀ ਅਤੇ ਫਿਰ ਇਹਦਾ ਮਤਲਬ ਇਹ ਕਿ ਤੂੰ ਆਪਣਿਆਂ ਕੰਮਾਂ ਲਈ ਸੁਸਤ ਨਹੀਂ ਅਤੇ ਅੱਲਾ ਵੀ ਸਿਆਣਾ ਅੱਲਾ ਨੂੰ ਪਤਾ ਸੀ ਇਹਨਾਂ ਕਰਨਾ ਅੱਲਾ ਨੇ ਕਿਹਾ ਵਕੂਮ ਲਿਲਾ ਕਾਨਤੀ ਮੇਰੇ ਅੱਗੇ ਜਦੋਂ ਖਲੋਣਾ ਅਤੇ ਖਸ਼ੂ ਖਜ਼ੂ ਨਾਲ ਖਲੋਣਾ ਅਤੇ ਇਹ ਨਹੀਂ ਆਖਣਾ ਮੈਂ ਥੱਕਿਆ ਬੜਾ ਤਾਂ ਅੱਲਾਹ ਅਕਬਰ ਅੱਲਾਹ ਅਕਬਰ ਆ ਕਈਆਂ ਬੰਦੇ ਨੇ ਵੇਖਿਆ ਕਰੋ ਨਮਾਜ਼ ਕੈਮਰੇ ਲੱਗੇ ਹੋਣ ਨਾ ਮਸਜਿਦ 'ਚ ਅਤੇ ਬੜੇ ਤੁਹਾਨੂੰ ਕਲਿੱਪ ਮਿਲਣਗੇ ਕੋਈ ਜੁਜੂ ਕੱਢੀ ਆਉਂਦਾ ਕੋਈ ਕੰਨਾਂ ਚੁੰਗਲੀ ਮਾਰੀ ਆਉਂਦਾ ਕੋਈ ਦਾੜੀ ਨੂੰ ਲਾਈ ਆਉਂਦਾ ਨਮਾਜ਼ 'ਚ ਔਰ ਮੈਂ ਕਈ ਬੰਦੇ ਐਸੇ ਵੇਖੇ ਨੇ ਪੰਜ ਨਮਾਜ਼ਾਂ ਪੜ੍ਹਦੇ ਪੰਜਾਂ 'ਚ ਨਾ ਨਾਲਦੇ ਨਾ ਸਲਾਮ ਲੈਂਦੇ ਨੇ ਨਾ ਜਿਹਦੇ ਮਗਰ ਪੜ੍ਹਦੇ ਨਾ ਉਹਦੇ ਨਾਲ ਲੈਂਦੇ ਨੇ ਔਰ ਮਸਜਿਦ 'ਚ ਤਾਂ ਲਿਆਉਣ ਦਾ ਮਕਸਦ ਸੀ ਦਿਲਾਂ ਨਾਲ ਦਿਲ ਮਿਲ ਜਾਣ ਕੰਧੇ ਨਾਲ ਕੰਧਾ ਮਿਲ ਜਾਏ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੇ ਬਣ ਜਾਣ ਨਬੀ ਪਾਕ ਐਸੇ ਲਈ ਤਾਂ ਜਮਾਤ ਕਰਵਾਉਂਦੇ ਸਨ ਅਤੇ ਪੁੱਛਿਆ ਉਹ ਕਾਲੇ ਜਿਹੇ ਰੰਗ ਦੀ ਮਾਈ ਨਜ਼ਰ ਨਹੀਂ ਆਉਂਦੀ ਕਹਿੰਦੇ ਸੋਹਣਿਓ ਤਾਂ ਰਾਤ ਹੀ ਦਫ਼ਨ ਕਰਤੀ ਸੀ ਮਰ ਗਈ ਅਤੇ ਆਪ ਨੇ ਪਰਮਾਇਆ ਦੁੱਲੂਨੀ ਅਲਾ ਕਬਰੇਹਾ ਮੈਨੂੰ ਉਹਦੀ ਕਬਰ 'ਤੇ ਲੈ ਕੇ ਚੱਲੋ ਮੈਂ ਮੁਹੰਮਦ ਜਾ ਕੇ ਕਲਾਮ ਹੀ ਬਖਸ਼ਾਵਾਂ ਇਹਦਾ ਮਤਲਬ ਹੈ ਕਿ ਮੁਸਤਫਾ ਕਰੀਮ ਨੇ ਨਮਾਜ਼ ਤੋਂ ਬਾਅਦ ਇੱਕ ਦੂਜੇ ਦੀ ਖਬਰਗੀਰੀ ਕੀਤੀ ਅਤੇ ਅਸੀਂ ਕਿਹੋ ਜਿਹੀ ਕਰਨੇ ਅਸੀਂ ਇੱਕ ਦੂਜੇ ਦੀਆਂ ਚੁਗਲੀਆਂ ਕਰਨੇ ਹੱਥਾ ਕਈ ਅੱਡੇ ਅੰਤਰੇ ਜਿਹਦੇ ਮਗਰ ਪੜਦੇ ਉਹਦੀਆਂ ਵੀ ਕਰਦੇ ਉਹਦੀਆਂ ਵੀ ਬਹਿ ਕਰ ਅੱਜ ਕਿਤਨੇ ਬੰਦੇ ਵਾਅਦਾ ਕਰਦੇ ਨੇ ਕਿ ਅਸੀਂ ਜਦੋਂ ਮੁਸਲਮਾਨ ਇੱਕ ਦੂਜੇ ਨੂੰ ਮਿਲਾਂ ਕਰਾਂਗੇ ਖੈਰ ਸੁੱਖ ਪੁੱਛਾਂ ਕਰਾਂਗੇ ਕਰੋ ਇੱਕ ਆਪਣੀ ਬੁੜੀ ਵੱਲੋਂ ਵੀ ਹੱਥ ਚੁੱਕੋ 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 ਉਹਨੂੰ ਕਹਿ ਮਸੀਹ 'ਤੇ ਵਾਅਦਾ ਦੇ ਆਇਆ ਮੈਂ ਹੱਥ ਜਿਹਦੀ ਨਹੀਂ ਉਹ ਵੀ ਕਰ ਲਏ ਅੱਲਾ ਚੰਗੀ ਦੇ ਦੇਗਾ ਰੰਡੇ ਵੀ ਕਰ ਲਓ ਅੱਲਾ ਰਹਿਮ ਕਰ ਦੇਗਾ ਅੱਲਾ ਅੱਗੇ ਕਿਹੜੀ ਸ਼ੈ ਮੁਸ਼ਕਲ